ਸੀ ਉਸ ਵਕਤ ਅਕਾਲੀ ਲਾਣਾ ਵੀ ਆਇਆ ਸੀ। ਜਦੋਂ ਅਕਾਲੀ ਲਾਣਾ ਸਟੇਜ ਦੇ ਉੱਪਰ ਖੜਿਆ ਤਾਂ ਸਭ ਤੋਂ ਪਹਿਲਾਂ ਨੀਲੀ ਪੱਗ ਦੇ ਰੂਪ ਦੇ ਵਿੱਚ ਪ੍ਰਕਾਸ਼ ਬਾਦਲ ਬੋਲਿਆ, ਕਹਿਣ ਲੱਗਾ ਮੈਂ ਦਮਦਮੀ ਟਕਸਾਲ ਨੂੰ ਕਹਿਣਾ ਚਾਹੁੰਦਾ ਹਾਂ ਕਿ ਜਿਹੜੀ ਵੀ ਇਹਨਾਂ ਦੀ ਮੰਗ ਹੋਵੇ, ਜੇ ਬਾਬਾ ਕਰਤਾਰ ਸਿੰਘ ਦੇ ਨਾਮ ਦੇ ਉੱਪਰ ਕੋਈ ਯੂਨੀਵਰਸਿਟੀ ਬਣਾਉਣੀ, ਕੋਈ ਸਕੂਲ ਕਾਲਜ ਖੋਲ੍ਹਣਾ ਹੈ, ਸਾਨੂੰ ਦੱਸਣ, ਅਸੀਂ ਸਰਕਾਰ ਤੋਂ ਪਾਸ ਕਰਾ ਕੇ ਦੇ ਰਹੇ। ਹੁਣ ਇਸ ਤੋਂ ਬਾਅਦ ਵਾਰੀ ਸੰਤ ਬਾਬਾ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਦੀ ਆਈ, ਪਹਿਲੀ ਵਾਰ ਹੈ ਜੇ ਇਸ ਵਕਤ ਮਰਦ ਖੜ ਕੇ ਸਟੇਜ ਦੇ ਉੱਪਰ ਤਕਰੀਰ ਕਰਨ ਲੱਗਾ। ਕਹਿਣ ਲੱਗਾ ਪ੍ਰਕਾਸ਼ ਸਿੰਘ ਬਾਦਲ ਨੇ ਵਾਅਦਾ ਕੀਤਾ ਹੈ ਕਿ ਜੋ ਵੀ ਦਮਦਮੀ ਟਕਸਾਲ ਨੂੰ ਚਾਹੀਦਾ ਹੈ, ਮੈਂ ਪ੍ਰਕਾਸ਼ ਸਿੰਘ ਬਾਦਲ ਨੂੰ ਕਹਿੰਦਾ ਕਿ ਜੋ ਪ੍ਰਕਾਸ਼ ਸਿੰਘ ਬਾਦਲ ਨੂੰ ਚਾਹੀਦਾ ਹੈ ਹੁਣੇ ਅਸੀਂ ਦੇਣ ਵਾਸਤੇ ਤਿਆਰ ਹਾਂ। ਇਹ ਦਮਦਮੀ ਟਕਸਾਲ ਕਿਸੇ ਮੰਗਤੇ ਦੀ ਨਹੀਂ, ਇਹ ਦਮਦਮੀ ਟਕਸਾਲ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਹੈ, ਇਹ ਦਮਦਮੀ ਟਕਸਾਲ ਉਹਨਾਂ ਮਰਜੀਵੜੇ ਯੋਧਿਆਂ ਦੀ ਹੈ ਜਿਨ੍ਹਾਂ ਨੇ ਕੌਮ ਦੀ ਖਾਤਰ ਆਪਾ ਵਾਰਿਆ ਹੈ। ਉਸੇ ਦਿਨ ਤੋਂ ਸੰਤ ਬਾਬਾ ਜਰਨੈਲ ਸਿੰਘ ਇਹਨਾਂ ਦੀਆਂ ਨਜ਼ਰਾਂ ਦੇ ਵਿੱਚ ਰੜਕਣ ਲੱਗੇ, ਕੰਡੇ ਦੇ ਵਾਂਗ ਚੁਭੇ। ਪੱਤਰਕਾਰ ਦਲਬੀਰ ਸਿੰਘ ਨੇੜਿਓਂ ਡਿੱਠੇ ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ ਦੇ ਵਿੱਚ ਲਿਖਦਾ ਹੈ ਕਿ 11 ਮੀਟਿੰਗਾਂ ਇੰਦਰਾ ਗਾਂਧੀ ਦੇ ਨਾਲ ਪੰਜਾਬ ਦੇ ਲੀਡਰਾਂ ਦੀਆਂ, ਅਕਾਲੀ ਲਾਣੇ ਦੀਆਂ ਵੀ ਹੋਈਆਂ, ਇਹ ਵੀ ਵਿੱਚ ਸ਼ਾਮਿਲ ਸਨ। ਇਸ ਗੱਲ ਦੀ ਗਵਾਹੀ ਪਰਦਾ ਹੈ ਉਹ ਵਰਤਾਰਾ ਵਾਪਰਿਆ ਜੂਨ 1984 ਵਾਲਾ, ਅਨੇਕਾਂ ਸਿੱਖ ਜਾਮੇ ਸ਼ਹਾਦਤ ਦਾ ਜਾਮ ਪੀ ਗਏ। ਗੁਰੂ ਕੇ ਸਿੱਖ ਜਿਹੜੇ ਗੁਰੂ ਅਰਜਨ ਪਾਤਸ਼ਾਹ ਮਹਾਰਾਜ ਜੀ ਦਾ ਸ਼ਹੀਦੀ ਦਿਹਾੜਾ ਮਨਾਉਣ ਵਾਸਤੇ, ਗੁਰਦੇਵ ਪਾਤਸ਼ਾਹ ਮਹਾਰਾਜ ਜੀ ਦੇ ਚਰਨ ਪਰਸਨ ਵਾਸਤੇ ਗੁਰੂ ਰਾਮਦਾਸ ਪਾਤਸ਼ਾਹ ਜੀ ਦੀ ਪਾਵਨ ਬਾਰਗਾਹ ਦੇ ਵਿੱਚ ਆਏ ਸਨ, ਉਹ ਜਾਮੇ ਸ਼ਹਾਦਤ ਦਾ ਜਾਮ ਪੀ ਗਏ। ਜ਼ਾਲਮਾਂ ਨੇ ਇੰਨਾ ਜ਼ਿਆਦਾ ਤਸ਼ੱਦਦ ਕੀਤਾ ਕਿ ਦੁੱਧ ਚੁੰਘਦੇ ਬੱਚਿਆਂ ਨੂੰ ਕੰਧਾਂ ਦੇ ਨਾਲ ਮਾਰ ਮਾਰ ਕੇ ਸ਼ਹੀਦ ਕੀਤਾ ਗਿਆ। ਇਹ ਭਾਣਾ ਵਾਪਰਿਆ। ਇਸ ਤੋਂ ਬਾਅਦ ਸਿੱਖਾਂ ਦੇ ਵਿੱਚ ਇੱਕ ਨਵੀਂ ਰੋਹ ਦੀ ਇੱਕ ਲਹਿਰ ਉੱਠੀ। ਜਿਹੜੇ ਸਿੱਖ ਸਿੱਖੀ ਦੇ ਨਾਲ ਪਿਆਰ ਰੱਖਦੇ ਸਨ, ਉਹ ਚਾਹੁੰਦੇ ਸਨ ਕਿ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਜਿਹੜੇ ਮੁੱਖ ਦੋਸ਼ੀ ਹਨ ਇਸ ਵਰਤਾਰੇ ਦੇ, ਉਹਨਾਂ ਨੂੰ ਸੋਧਿਆ ਜਾਣਾ ਚਾਹੀਦਾ ਹੈ। ਇਸ ਗੱਲ ਦੀ ਗਵਾਹੀ ਪਰਦਾ ਹੈ। ਦਿੱਲੀ ਦੇ ਵਿੱਚ ਬੈਠਾ ਹੈ ਇੱਕ ਸਿੱਖ ਜਿਹਦਾ ਨਾਮ ਹੈ ਸਰਦਾਰ ਕੇਰ ਸਿੰਘ। ਸਰਦਾਰ ਕੇਰ ਸਿੰਘ ਦੀ ਰਿਸ਼ਤੇਦਾਰੀ ਹੈ ਸਰਦਾਰ ਬੇਅੰਤ ਸਿੰਘ ਦੇ ਨਾਲ। ਬੇਅੰਤ ਸਿੰਘ ਦਿੱਲੀ ਪੁਲਿਸ ਦੇ ਵਿੱਚ ਸਬ ਇੰਸਪੈਕਟਰ ਦੀ ਡਿਊਟੀ ਕਰਦਾ ਹੈ। ਜਦੋਂ ਡਿਊਟੀ ਕਰਦਾ ਹੈ ਗਾਹੇ ਬਗਾਹੇ ਫੁੱਫੜ ਕੇਰ ਸਿੰਘ ਦੇ ਨਾਲ ਮਿਲਾਪ ਹੁੰਦਾ ਹੈ। ਇੱਕ ਦਿਨ ਸਰਦਾਰ ਕੇਰ ਸਿੰਘ ਦੇ ਪਾਸ ਆਇਆ, ਕਹਿਣ ਲੱਗਾ ਫੁੱਫੜ ਜੀ, ਅੱਜ ਇੰਨੇ ਹਨੇਰੇ ਆਪ ਜੀ ਕਿਸ ਜਗ੍ਹਾ ਤੋਂ ਆਏ ਹੋ? ਮੈਂ ਬੜੇ ਸਮੇਂ ਤੋਂ ਆਪ ਜੀ ਦੀ ਉਡੀਕ ਕਰ ਰਿਹਾ ਹਾਂ। ਅੱਗੋਂ ਸਰਦਾਰ ਕੇਰ ਸਿੰਘ ਜੀ ਕਹਿਣ ਲੱਗੇ, ਮੈਂ ਗਿਆ ਸੀ ਮੋਤੀ ਬਾਗ ਗੁਰਦੁਆਰਾ ਸਾਹਿਬ ਨਮਸਕਾਰ ਕਰਨ ਵਾਸਤੇ, ਪਰ ਉੱਥੇ ਇੱਕ ਬਾਜ ਆਇਆ ਸੀ। ਜਦੋਂ ਬਾਜ ਆਇਆ ਤਾਂ ਸਾਰੀਆਂ ਸੰਗਤਾਂ ਖੜ ਕੇ ਉਸਨੂੰ ਬੜੇ ਗਾਹ ਦੇ ਬੜੀਆਂ ਰੀਝਾਂ ਦੇ ਨਾਲ ਤੱਕ ਰਹੀਆਂ ਸੀ। ਉਹ ਬਾਜ ਕੋਈ ਸੁਨੇਹਾ ਲੈ ਕੇ ਆਇਆ ਸੀ। ਮੈਨੂੰ ਤਾਂ ਇਸ ਤਰ੍ਹਾਂ ਜਾਪਦਾ ਜਿਵੇਂ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਭੇਜਿਆ ਹੋਵੇ। ਜਦੋਂ ਬਾਜ ਬਾਰੇ ਗੱਲਾਂ ਕੀਤੀਆਂ, ਸਰਦਾਰ ਬੇਅੰਤ ਸਿੰਘ ਕਹਿਣ ਲੱਗੇ, ਬਾਜ ਤਾਂ ਇੱਕ ਖੰਭਾਂ ਦੀ ਡਾਰ ਹੈ, ਖੰਭਾਂ ਦੀ ਮੋਠ ਹੈ, ਉਹ ਤੇ ਇੱਕ ਪੰਛੀ ਹੈ, ਪੰਛੀ ਤਾਂ ਅਚਾਨਕ ਕਿਸੇ ਨਾ ਕਿਸੇ ਜਗ੍ਹਾ ਜਾਵੇਗਾ। ਕਹਿਣ ਲੱਗਾ, ਨਹੀਂ ਬੇਅੰਤ ਸਿੰਘ, ਉਹ ਬਾਜ ਤੁਸੀਂ ਜਾਣਦੇ ਹੋਵੋਗੇ ਕਿ ਭੀੜ ਭੜੱਕੇ ਦੇ ਵਿੱਚ ਇਹੋ ਜਿਹੇ ਜਾਨਵਰ ਆ ਕੇ ਨਹੀਂ ਬੈਠਿਆ ਕਰਦੇ। ਸੱਚ ਕਰਕੇ ਜਾਣੀ ਉਹ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਵੱਲੋਂ ਕੋਈ ਸੁਨੇਹਾ ਲੈ ਕੇ ਆਇਆ। ਬੇਅੰਤ ਸਿੰਘ ਨੇ ਜਵਾਬ ਦਿੰਦਿਆਂ ਹੋਇਆਂ ਕਿਹਾ, ਤੁਸੀਂ ਇਸ ਤਰ੍ਹਾਂ ਤੇ ਨਹੀਂ ਕਹਿਣਾ ਚਾਹੁੰਦੇ ਕਿ ਉਹ ਇਹ ਬਾਜ ਇਹ ਸੁਨੇਹਾ ਲੈ ਕੇ ਆਇਆ ਹੋਵੇ ਕਿ ਕੋਈ ਇੰਦਰਾ ਗਾਂਧੀ ਨੂੰ ਗੋਲੀ ਮਾਰੇ, ਇੰਦਰਾ ਗਾਂਧੀ ਨੂੰ ਮਾਰ ਦੇਵੇ? ਕਹਿਣ ਲੱਗਾ, ਮੈਂ ਤੇ ਇਹ ਕੰਮ ਕਦੇ ਵੀ ਨਹੀਂ ਕਰਾਂਗਾ। ਰੋਸਾ ਕਰਕੇ ਵਾਪਸ ਘਰ ਵੱਲ ਨੂੰ ਪਰਤ ਗਿਆ। ਜਦੋਂ ਅਗਲੇ ਦਿਨ ਇੰਦਰਾ ਗਾਂਧੀ ਦੀ ਬਾਹਰ ਕੋਠੀ ਦੇ ਬਾਹਰ ਵਾਰ ਡਿਊਟੀ ਦੇ ਰਿਹਾ ਹੈ ਬੇਅੰਤ ਸਿੰਘ, ਉਹੀ ਬਾਜ ਅਗਲੇ ਦਿਨ ਆਇਆ ਹੈ, ਸਾਹਮਣੇ ਦਰਖਤ ਦੇ ਉੱਪਰ ਬੈਠਾ ਹੈ। ਹੁਣ ਬਾਜ ਬੱਲੇ ਸਾਰੇ ਸਿਪਾਹੀ ਦੇਖ ਰਹੇ ਹਨ। ਬੇਅੰਤ ਸਿੰਘ ਨੇ ਵੀ ਤੱਕਿਆ, ਫੁੱਫੜ ਜੀ ਵਾਲੀਆਂ ਗੱਲਾਂ ਯਾਦ ਆਈਆਂ। ਕਹਿਣ ਲੱਗਾ, ਸੱਚਮੁੱਚ ਜਿਹੜੀਆਂ ਗੱਲਾਂ ਫੁੱਫੜ ਜੀ ਕਰ ਰਹੇ ਸੀ, ਪਰ ਅੱਜ ਪ੍ਰਤੱਖ ਰੂਪ ਦੇ ਵਿੱਚ ਆਪਣੇ ਮਨ ਦੇ ਅੰਦਰ ਨਿਸ਼ਚਾ ਕਰਦਾ ਹੈ ਕਿ ਜੇ ਇਹ ਬਾਜ ਸੱਚਮੁੱਚ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਹੈ ਤਾਂ ਮੇਰੇ ਇੱਕ ਕੰਧੇ ਦੇ ਉੱਪਰ ਆ ਕੇ, ਇੱਕ ਮੋਢੇ ਦੇ ਉੱਪਰ ਆ ਕੇ ਬੈਠ ਜਾਵੇ। ਜਲਦੀ ਦੇ ਨਾਲ ਬਾਜ ਉੱਠਿਆ, ਸਰਦਾਰ ਬੇਅੰਤ ਸਿੰਘ ਦੇ ਮੋਢੇ ਦੇ ਉੱਪਰ ਆ ਕੇ ਬੈਠ ਗਿਆ। ਬੇਅੰਤ ਸਿੰਘ, ਸ਼ਾਮਾਂ ਦਾ ਵਕਤ ਹੋਇਆ, ਅੱਜ ਘਰ ਨਹੀਂ ਗਿਆ, ਅੱਜ ਗਿਆ ਹੈ ਫੁੱਫੜ ਸਰਦਾਰ ਕੇਰ ਸਿੰਘ ਦੇ ਪਾਸ। ਜਾ ਕੇ ਬੇਨਤੀ ਕੀਤੀ ਕਿ ਉਹ
पाठ सचमुच कलगीधर पातशाह गुरु गोबिंद सिंह महाराज जी का है, साडे वास्ते कोई सुनेहा लैके आया है। हुण एक साथी नूं पालना शुरू किया है, वह माझे दा मढ़ैल, उहदा नाम है सरदार सतवंत सिंह अगवान पिंड दा है। जदों उस सरदार नूं मिलिया, सरदार दे नाल कुछ गल्लां करनियां शुरू कीतियां। वह सिपाही सी पुलिस दे विच, दिल्ली पुलिस दे विच सिपाही होण करके सरदार सतवंत सिंह सरदार बेअंत सिंह का बड़ा सत्कार करया करता सी, सर कह के बुलाया करता सी। सरदार बेअंत सिंह ने अज मोढ़े ते हाथ रखे, कहिंदा सर नहीं कहना, अज मैनू वीर कह के भरा कह के बुला, मैं तेरे कोलों कोई जानकारी लैनी चाहुंदा हां। कहन लगा दसो जी। कहन लगा माझे दे विच श्री गुरु रामदास पातशाह महाराज जी का पवित्र अस्थान सुनिया है, देश की प्रधानमंत्री मैडम इंदिरा गांधी के हुक्म के नाल ढै ढेरी कर दिता गया है। जदों दिल का दुख पुछया तां अगो सरदार सतवंत सिंह ने भी रो के दसिया, कहन लगा इस इंदिरा गांधी दे थोड़ा ही समा है। ये सिख इतिहास गवाही भरता है कि जे मसे रंगड़ ने श्री दरबार साहब दे विच वेसवा दा नाच नचाया, सरदार सुखा सिंह सरदार महताब सिंह उठे, उन्होंने उस मसे रंगड़ नूं सोधिया। हुण जापदा है थोड़ा ही समा है, जिस तरह सरदार सतवंत सिंह दी सरदार बेअंत सिंह दी अंदरली वार्तालाप हो रही है, उस वेले दा वेरवा सभरावां वालियां दा ढाडी जत्था हे Oh,
शरण पिया दी लाज गुरु रखदा जो भी चल आया है। शरण पिया दी लाज गुरु रखदा जो भी चल आया है। चौथे पातशाह दा सोना हर मंदिर तो पलाड़ डाया है। चौथे पातशाह दा सोना हर मंदिर तो पलाड़ डाया है। ਕਰਦੇ ਹਨ ਸਰਦਾਰ ਸਤਵੰਤ ਸਿੰਘ ਸਰਦਾਰ ਬੇਅੰਤ ਸਿੰਘ ਨੂੰ ਕਹਿੰਦਾ ਵੀਰਾ ਜਦੋਂ ਜੂਨ 1984 ਵਾਲਾ ਘੱਲੂ ਘਰ ਤੋਂ ਬਾਅਦ ਜੇ ਧਰਮੀ ਫੌਜੀ ਬੈਰਕਾਂ ਨਾ ਛੱਡਦੇ ਜੇ ਸਾਡੀ ਕੌਮ ਦੇ ਉਹ ਮਹਾਨ ਯੋਧਿਆਂ ਦੀ ਅਣਖ ਨਾ ਜਾਗਦੀ ਤਾਂ ਸੱਚ ਕਰਕੇ ਜਾਣੀ 15 ਸਾਲ ਤੋਂ ਲੈ ਕੇ 50 ਸਾਲ ਦੇ ਤੱਕ ਜਿਹੜੇ ਨੌਜਵਾਨ ਸੀ ਉਹ ਸਰਕਾਰ ਨੇ ਇੰਦਰਾ ਗਾਂਧੀ ਦੀ ਭੈੜੀ ਨੀਤੀ ਨੇ ਉਹ ਖਤਮ ਕਰ ਦੇਣੀ ਸੀ ਵੀਰਾ। ਇਹ ਤਾਂ ਸਮਾਂ ਹੀ ਐਸਾ ਆਇਆ ਹੈ ਤੇ ਹੁਣ ਸਰਦਾਰ ਬੇਅੰਤ ਸਿੰਘ ਸਰਦਾਰ ਸਤਵੰਤ ਸਿੰਘ ਦਾ ਅੰਦਰਲਾ ਪਨ ਟੂਣਾ ਚਾਹੁੰਦਾ ਹੈ ਕਿ ਸਰਦਾਰ ਬਲਬੀਰ ਸਿੰਘ ਵਾਂਗੂ ਜਿਹੜਾ ਮੈਨੂੰ ਪਹਿਲਾ ਸਾਥੀ ਮਿਲਿਆ ਸੀ ਇਹ ਨਾ ਹੋਵੇ ਕਿ ਇਹ ਵੀ ਮੇਰਾ ਸਾਥ ਛੱਡ ਕੇ ਚਲਾ ਜਾਵੇ। ਇਹ ਨਾ ਹੋਵੇ ਕਿ ਇਹ ਵੀ ਮੇਰੇ ਤੋਂ ਦੂਰ ਹੋ ਜਾਵੇ ਕਿਤੇ ਗੱਲ ਸਰਕਾਰ ਦੇ ਵਿੱਚ ਪਹੁੰਚ ਨਾ ਜਾਵੇ। ਇੰਦਰਾ ਗਾਂਧੀ ਦੀ ਜਿਹੜੀ CID ਜਿਹੜਾ ਉਹਨਾਂ ਦਾ ਡਿਪਾਰਟਮੈਂਟ ਹੈ ਉੱਥੋਂ ਤੱਕ ਨਾ ਪੁੱਜ ਜਾਵੇ। ਹੁਣ ਸਰਦਾਰ ਬੇਅੰਤ ਸਿੰਘ ਪੁੱਛਦਾ ਹੈ ਕਹਿਣ ਲੱਗਾ ਵੀਰਾ ਮੇਰੇ ਫੁੱਪੜ ਜੀ ਸਰਦਾਰ ਕੇਰ ਸਿੰਘ ਕਿਆ ਕਰਦੇ ਹਨ? ਸਰਦਾਰ ਸੁੱਖਾ ਸਿੰਘ ਔਰ ਸਰਦਾਰ ਮਹਤਾਬ ਸਿੰਘ ਦੇ ਵਾਂਗ ਹੁਣ ਕੋਈ ਯੋਧਾ ਮੈਦਾਨ ਦੇ ਵਿੱਚ ਨਿਤਰੇਗਾ ਔਰ ਇੰਦਰਾ ਗਾਂਧੀ ਨੂੰ ਕੀਤੀ ਦਾ ਫਲ ਭੁਗਤਾਵੇਗਾ? ਕਹਿਣ ਲੱਗਾ ਗੱਲ ਤਾਂ ਸਹੀ ਹੈ ਪਰ ਉਹ ਆਵੇਗਾ ਕਦੋਂ? ਕਹਿਣ ਲੱਗਾ ਉਹ ਸਾਡੇ ਹੀ ਰੂਪ ਦੇ ਵਿੱਚੋਂ ਕੋਈ ਨਾ ਕੋਈ ਵੀਰ ਜਿਹਦੀ ਅਣਖ ਜਾਗੇਗੀ ਜਿਹਦੀ ਗੈਰਤ ਅੰਗੜਾਈਆਂ ਲਵੇਗੀ ਉਹ ਉੱਠੇਗਾ ਔਰ ਇੰਦਰਾ ਗਾਂਧੀ ਨੂੰ ਕੀਤੀ ਦਾ ਫਲ ਭੁਗਤਾਵੇਗਾ। ਉਸ ਦੇਸ਼ ਦੀ ਰਾਣੀ ਨੇ ਭਾਰਤ ਦੀ ਰਾਣੀ ਨੇ ਸਾਡੇ ਨਾਲ ਚੰਗਾ ਨਹੀਂ ਕੀਤਾ। ਇਹ ਪਹਿਲਾ ਵਰਤਾਰਾ ਵਾਪਰਿਆ ਹੈ ਕਿ ਸਾਡੇ ਹੀ ਦੇਸ਼ ਦੀ ਹਕੂਮਤ ਨੇ ਸਾਡੇ ਹੀ ਉੱਪਰ ਐਸਾ ਵਰਤਾਰਾ ਵਾਪਰ ਦਿੱਤਾ ਹੋਵੇ। ਹੁਣ ਵੀਰ ਆਪਸ ਦੇ ਵਿੱਚ ਗੱਲਾਂ ਕਰਕੇ ਆਪੋ ਆਪਣੇ ਵਾਪਸ ਘਰਾਂ ਨੂੰ ਪਰਤ ਗਏ ਹਨ। ਸਰਦਾਰ ਬੇਅੰਤ ਸਿੰਘ ਗਿਆ ਹੈ ਸਰਦਾਰ ਕੇਰ ਸਿੰਘ ਦੇ ਪਾਸ। ਕਹਿਣ ਲੱਗਾ ਫੁੱਫੜ ਜੀ ਮੈਨੂੰ ਅੱਜ ਦੂਜਾ ਸਾਥੀ ਵੀ ਮਿਲ ਪਿਆ ਹੈ। ਮੈਨੂੰ ਪੂਰਾ ਵਿਸ਼ਵਾਸ ਹੈ ਕਿ ਉਹ ਮੇਰਾ ਆਖਰੀ ਸਾਹਾਂ ਤੱਕ ਜਦੋਂ ਤੱਕ ਇਹ ਕਾਰਜ ਨੇਪਰੇ ਨਹੀਂ ਚੜ ਜਾਵੇਗਾ ਉਦੋਂ ਤੱਕ ਉਹ ਸੂਰਵੀਰ ਯੋਧਾ ਮੇਰਾ ਸਾਥ ਦੇਵੇਗਾ। ਉਹ ਮਾਝੇ ਦਾ ਮਜੈਲ ਹੈ। ਮੈਂ ਚਾਹੁੰਦਾ ਹਾਂ ਕਿ ਉਸ ਵੀਰ ਨੂੰ ਨਾਲ ਲਵਾਂ। ਕਹਿਣ ਲੱਗਾ ਤੈਨੂੰ ਕਿਵੇਂ ਵਿਸ਼ਵਾਸ ਹੈ ਕਿ ਉਹ ਤੇਰਾ ਸਾਥ ਦੇਵੇਗਾ? ਕਹਿੰਦਾ ਇੱਕ ਦਿਨ ਉਹਦੇ ਪੈਰਾਂ ਦੇ ਵਿੱਚ ਇੱਕ ਰੰਗ ਇੱਕ ਦੀ ਜਿਹੜੀਆਂ ਜੁੱਤੀਆਂ ਪਈਆਂ ਸੀ ਉਹ ਇੱਕ ਹੋਰ ਸੀ ਔਰ ਦੂਜੀ ਹੋਰ ਸੀ। ਮੈਂ ਜਦੋਂ ਸਾਰਾ ਕਾਰਨ ਪੁੱਛਿਆ ਤਾਂ ਕਹਿਣ ਲੱਗਾ ਮੈਂ ਆਟੋ ਦੇ ਵਿੱਚ ਆ ਰਿਹਾ ਸੀ ਇੱਕ ਨੌਜਵਾਨ ਕੇਸਾ ਧਾਰੀ ਸਿੱਖ ਜਿਹਦੇ ਸਿਰ ਦੇ ਉੱਪਰ ਸੋਹਣੀ ਦਸਤਾਰ ਖੰਡੇ ਬਾਟੇ ਦੀ ਪਹੁ ਲੈ ਕੇ ਗੁਰੂ ਕਾ ਸਿੰਘ ਉਸ ਆਟੋ ਦੇ ਵਿੱਚ ਸਵਾਰ ਸੀ। ਇੱਕ ਥਾਣੇਦਾਰ ਨੇ ਉਸਨੂੰ ਮਜ਼ਾਕ ਦੇ ਨਾਲ ਕਹਿ ਦਿੱਤਾ ਉਹ ਭਿੰਡਰੀ ਵਾਲਾ। ਜਦੋਂ ਇੰਨੀ ਗੱਲ ਕਹੀ ਤਾਂ ਉਸ ਯੋਧੇ ਦਾ ਖੂਨ ਖੋਲਿਆ। ਉਸੇ ਵੇਲੇ ਉਹਨੇ ਜੁੱਤੀ ਲਾ ਲਈ। ਉਸ ਦਿੱਲੀ ਦੇ ਵੱਡੇ ਜਿਹੜਾ ਥਾਣੇਦਾਰ ਬਣਿਆ ਸੀ ਇੰਦਰਾ ਦਾ ਵੱਡਾ ਹਮੈਤੀ ਉਸ ਨੂੰ ਕੁੱਟ ਕੁੱਟ ਕੇ ਉਸਨੇ ਸਿੱਧਾ ਕਰ ਦਿੱਤਾ। ਮੇਰੀ ਵੀ ਜੁੱਤੀ ਉਸਦੇ ਕਾਬੂ ਦੇ ਵਿੱਚ ਆ ਗਈ ਪਰ ਜਿਹੜੀ ਜੁੱਤੀ ਮੈਨੂੰ ਮਿਲੀ ਮੈਂ ਜਲਦੀ ਦੇ ਨਾਲ ਲੈ ਕੇ ਦੌੜ ਆਇਆ ਹਾਂ। ਇਹ ਕਾਰਨ ਕਹਿੰਦਾ ਇਹ ਉਹ ਯੋਧਾ ਹੈ। ਹੁਣ ਸਰਦਾਰ ਬੇਅੰਤ ਸਿੰਘ ਨੇ ਜਦੋਂ ਸਰਦਾਰ ਨੂੰ ਸਾਰੀ ਗੱਲ ਦੱਸੀ ਹੁਣ ਕਹਿਣ ਲੱਗਾ ਇੱਕ ਵਾਰ ਮੈਂ ਚਾਹੁੰਦਾ ਹਾਂ
कि श्री गुरु रामदास पातशाह महाराज जी के पावन अस्थाना के दर्शन किए जान। देश की प्रधानमंत्री मैडम इंदिरा गांधी ने किस तरह श्री अकाल तख्त साहब ढाया है, किस तरह गुरु के प्यारे सिखा शहादत के जाम पिलाए हैं, जिस तरह जोड़ के दोवे हाथ पा के गल दे विच पल्लू सरदार बेंत सिंह फुफड़ सरदार केर सिंह नूं कहना शुरू करता है, उस वेले दा वाकया है। अमृतसर साहब दे विच वरतारा वापरिया है, एक बार मन करता हां मैं अपनियां अखां दे नाल जाके तका बेनतियां कीतियां अपीलां कीतियां। जथेदार भाई जगतार सिंह हवारा कमेटी वालों एक 500 दमड़ा भेजा गया है, अरदास करवाउंदे हन कि गुरदेव पातशाह महाराज चढ़दी कला कारण उन्हां दी चढ़दी कला वास्ते भाई जथेदार जगतार सिंह जी हवारा उन्हां दी चढ़दी कला वास्ते उस छीणी मां दे जाए भाई जगतार सिंह हवारा की तंदुरुस्ती वास्ते वो इसे तरह कौम नूं सुनेहे भेजदे रहन, उन्हां दी चढ़दी कला वास्ते एक जकारा
जोर दे नाल छड़नगे वीर जी हुणी बोले इतिहास का सत्कार करदिया होया बेअंत माया भेंट की गई है एडवोकेट अमर सिंह चाहल भाई दलशेर सिंह जी उन्हां वालों माया होर वीरां वालों गुप्तदान तौर पर माया भेजी गई है गुरुदेव पातशाह महाराज जी के दर्शन करने वास्ते सरदार बेअंत सिंह ने अपील की है हुण चाला पाया है सरदारा ने छुट्टियां लैनिया शुरू कीतियां हन सरकार दे कोलों सब तो पहला सरदार बेअंत सिंह नूं एक छुट्टी मिली है और कुछ दिन की छुट्टी लैके बेअंत सतवंत सिंह अपने घर वाल नूं रवाना हो तुरिया इस तो बाद सरदार बेअंत सिंह नूं छुट्टी मिली बीबी बिमल कौर खालसा नूं नाल लिया सरदार केर सिंह नूं नाल लिया अपने भूआ बीबी जसबीर कौर नूं नाल लिया और श्री गुरु रामदास पातशाह महाराज जी के पावन अस्थाना नूं चाला पा दिता है श्री अमृतसर साहब की पावन पवित्र धरती से पुजे हैं गुरदेव पातशाह महाराज जी के चरणों के विच नमस्कार की है वह सिखा का सर्वोत्तम स्थान सिखा का दिल श्री अकाल तख्त साहब नूं जदों तकिया है ढै ढेरी होया पिया है हुण सरदार बेअंत सिंह ने अरदास की कह लगे पातशाह तेरे द्वारे के उपर की हुई अरदास कदे वास्ते भी बिरथी नहीं जाती यह गुरु दर का कूकर अरदास करता है पातशाह जिन्हां ने तेरे अस्थाना नूं ढै ढेरी किया है उन्हां पंथ दुखियां नूं मैं सोधा लाउणा चाहुंदा हाँ मेरे नाल इक वीर मिलिया है मेरे नाल उहने वादा किया है आउण दा पर उह सतवंत सिंह दे नाल मिल के असीं इस कारज नूं नेपरे चाड़ीए हुण जदों दोवां वीरां ने आपस दे विच वादा किया और गुरदेव पातशाह महाराज जीआं दे चरणां दे विच अरदास की सरदार सतवंत सिंह यह छिंज का पहलवान से कबड्डी खेडिया करता से पिंड दे विच उस दिन मेला है सारा दिन छिंज दे विच रुझा रहा और शाम को याद आया कि मैं किसी दोस्त दे नाल किसी सज्जन दे नाल कोई वादा किया है मैं तो उस सज्जन दे पास पुजना है जदों शाम को 8 बजे हैं इस नूं वादा याद आया जल्दी दे नाल अपने परिवार दे नाल सलाह की और वड्डे भरा नूं कहन लगा मैं श्री अमृतसर साहब नूं जाना है मैं किसी दे नाल जरूरी कार्ज है मैनू वीर ने जोर पाया समा ठीक नहीं चार चुफेरे पुलिस तैनात है इस वक्त समा नहीं जानता पर वीर ने आख्या नहीं मैं एक बार जरूर जल्दी दे नाल सज्जनू मिलना है जे मैं समय ना गया तो मेरा दोस्त समझेगा कि सतवंत सिंह जुबान का पूरा नहीं वह गुरु का पूर्ण सिख ही नहीं मैं किसी ना किसी तरीके दे नाल जरूर जाना चाहुंदा हाँ मेरे पास आईडी कार्ड है मैं जरूर दिखा के चला जावांगा एक ट्रक ड्राइवर की सहायता लैके ट्रक के उपर तैनात होकर सरदार सतवंत सिंह श्री अमृतसर साहब पुजा है रात के 2 बजे हैं अमृत वेले मिलाप होया है दोहां वीरां दा हुण सरदार बेअंत सिंह अड्डियां चुक चुक के देखता पिया है कि मेरा वीर कदों मिलेगा मैनू दोवें वीर आपस दे विच मिले दोवां वीरां ने घुट के जफ्फियां पाईयां गए श्री अकाल तख्त साहब के मूहरे खड़ के दोवां वीरां ने जिस तरह एक जगों निराला प्रण किया है जिस तरह इंदिरा सोतन का प्रण इन्हां योधिया ने किया है उस वेले दी वार्ता है
और जिंदर कौन संगत बिच लख लख मरदा दियां बहारा और जिंदर कौन संगत बिच लख मरदा दियां बहारा नमस्कार करके खंडे बाटी की पौल लेके गुरु के सिंह सजे हैं यह योधे अमृत वेले उठ के 31 अक्तूबर 1984 वाले दिन अमृत वेले गुरुद्वारा साहब बंगला साहब विखे नमस्कार करने वास्ते गए हैं। श्री गुरु ग्रंथ साहब महाराज जी दे सन्मुख होके पल्लू पाया है, कहन लगे पातशाह बड़ा समा बतीत हो चुका है, हुण समा है देश की प्रधानमंत्री मैडम इंदिरा गांधी नूं सोधन दा। साडी आप जीआं दे सन्मुख बेनती है, गल दे विच पल्लू पा के तरले लैंदे हां, अरदासां करदे हां, पातशाह बिरथी कदे ना हो वई जन की अरदास। इन्हां दोवां शेरां ने श्री गुरु ग्रंथ साहिब महाराज जी दे सन्मुख गल दे विच पल्लू पा के अरदास कीती है। जदों वापस परतन लगे सरदार केर सिंह ने पुछया, अज गुरुद्वारा साहिब विखे गए सी, जाके उत्थे नमस्कार कीती है, गुरु का हुक्मनामा सुनिया होवेगा, की हुक्म आया? कहिंदे अज हुक्म ते बड़ा सोहना आया है, अज गुरदेव पातशाह महाराज जी ने सारे कार्ज नेपरे चाड़ देने हैं। ड्यूटी ते गए 31 अक्तूबर है, ड्यूटी ते इन्हां दोस्तां ने अदला बदली कीती है। सरदार सतवंत सिंह की ड्यूटी सब तो मूहरे होए करदी सी, सिपाही सी, अज इसने भी बहाने दे नाल सरदार बेअंत सिंह दे नज़दीक ही ड्यूटी लवा ली। कहन लगा अज कार्ज बड़ा जरूरी है, ऐसा बहाना लाया। दोवें दोस्त आपस दे विच मिले हन। अगला दिन जदों अगला समा आया, तकरीबन इंदिरा गांधी तैयार होके फिल्मी एक्टरां दे नाल फोटोआं खिंचवा रही है। इसने बड़ी सुनहरी रंग दी एक इसने साड़ी लगाई हुई है। जदों अगे वालू आई तां हुण सरदार बेअंत सिंह दी नज़र पई है। कहन लगा उही इंदिरा जिसने साडा सर्वोत्तम स्थान श्री अकाल तख्त साहब टह ढेरी कीता है, अज नहीं ये बढ़ के जाएगी। सरदार ने बोले सोन हाल, सत श्री अकाल दा जकारा छड़ के नाल ही सतवंत सिंह नूं इशारा कीता है। जिस तरह देश की प्रधानमंत्री इंदिरा गांधी की छाती दे विच 33 गोलियां मार के टठे हुए श्री अकाल तख्त साहब का बदला लिया, उस वेले दा वेरवा हे Oh
ਜ਼ੁਲਮ ਕੋ ਫੋੜ ਦੇਤੇ ਹੈ ਹੋ ਨਾ ਫੂਲੋ ਕੀ ਮਾਲਾ ਨਾ ਤਾਜੋ ਕੀ ਹਸਰਤ ਅਗਰ ਖੁਦਾ ਵੀ ਦੇ ਖੁਦਾਈ ਤੋ ਵਾਪਸ ਮੋੜ ਦੇਤੇ ਹੈ ਅਗਰ ਖੁਦਾ ਵੀ ਦੇ ਖੁਦਾਈ ਤੋ ਵਾਪਸ ਮੋੜ दाखला मिले जिथे असी उन्हां स्कूलां विच पढ़े हुए हां। आ देश दी प्रधानमंत्री मैडम इंदिरा गांधी नूं नरकां दे विच पहुंचाउण वाले योधे सरदार बेअंत सिंह, सरदार सतवंत सिंह और सरदार केर सिंह ने गुरु का ओट आसरा लैके इस देश की प्रधानमंत्री इंदिरा गांधी नूं नरकां दे विच पहुंचा दिता। इतिहास की विचार करदिआं होइआं पूरियां दीआं कहानियां अधूरिआं तों बहुत सारिया भुला हो गई ने अनजान बच्चे जान के खिमा बख्शना अरदास करो। इस तरह योध्या दिया वारा संगत दे विच खड़ के गाँवते रहिए इतिहास का सरकार करद्या होया। बापू गुरचरण सिंह जी पटियाले वाले जथेदार भाई जगतार सिंह जी दे धर्मी बाबल उन्होंने वालों माया एडवोकेट अमर सिंह चाहल, एडवोकेट दलशेर सिंह और सरदार मेजर सिंह पंजाबी जिन्हों वालों विशेष तौर पर जथे हाजिरी भरन का हुक्म लगा सी, सरदार मंगल सिंह जी ध्यानपुरा मेरे बहुत सत्कारयोग डॉक्टर सरदार खुशहाल सिंह जी केंद्रीय श्री गुरु सिंह सभा 28 सैक्टर तो वड्डे वीर सरदार जसविंदर सिंह जी राजपुरा, सरदार करनैल सिंह जी पीर मुहम्मद और बहुत ही सत्कारयोग साडे विच अजीज हस्ती बीबी निरप्रीत कौर खालसा जिन्होंने दिल्ली दे विच नवंबर वाला कांड अपने तन दे उपर अपने हड्डी हंडाया है जिहड़ा तशद्दद सिखां दे उपर ओह कीता गया उस वरतारे नूं भी नहीं भुलिया जा सकता। अज भी जिहड़े दोषी है शरेआम घूमदे हन सतगुरु सच्चे पातशाह महाराज चढ़दी कला करन। हरप्रीत सिंह जी वल्लों कुछ किताबां भेंट कीतियां गईआं हन सतगुरु सच्चे पातशाह महाराज चढ़दी कला करन। सरदार गुरनाम सिंह जी सिद्धू, सरदार सरबजीत सिंह सोल होर बहुत सारिया अजीज हस्तियां जिन्हिया भी शहीदों के समागम के हाजिरी भरन वास्ते आईया हाँ सारिया शख्सियतों का तय दिल तो धन्यवाद करता हाँ। अकाल चैनल वाले वीर, वाइस ऑफ खालसा चैनल वाले वीर, जिन्ना भी सिख मीडिया शहीदों की पावन बारगाह के अंदर पुजा है सतगुरु सच्चे पातशाह महाराज जी के चरणों के अरदास करता हाँ। पातशाह इस तरह गुरु खालसा पंथ चढ़ती कला के नाल सेवावान निभाउंदा रहे। इतिहास विचारद्या होया बेअंत प्रकार दियां भुलां कर गया हाँ, गढ़ के फतेह बुलाउंदे होए आखो जी वाहे गुरु जी का खालसा वाहे गुरु जी की फतेह। बोले